विधवा पेंशन पंजाब दे विच किस तरह लगती है, फार्म भरन तो लैके लगन तक की पूरी प्रक्रिया मैं अज की वीडियो विच तुहानू दसांगा। सो वीडियो नू अंत तक ते ध्यान नाल देखना ता कि कोई गल रह ना जावे। सो वीडियो शुरू करदे आं। सबसक्राइब करो साडे YouTube चैनल नू ते बैल आइकन नू दबा के आल नोटिफिकेशन ते क्लिक कर लेना है ता कि जो भी जानकारी वाली वीडियो इस चैनल ते पाईए तुहानू सब तो पहला मिल सके। दोस्तों आ एक फार्मा जिसका लिंक मैं तुहानू डिस्क्रिप्शन दे विच दे दांगा, तुसी उत्थों जाके इस नू डाउनलोड कर सकदे जे। इह फार्म किस तरह भरना वा चलो तुहानू दस दिंदे आं। दोस्तों सब तो पहला उपर आ रहा वा केवल दफ्तरी वरतों लई, इस नू छड़ देना वा। फिर आ गया व्यक्तिगत वेरवा। व्यक्तिगत वेरवे दे विच सब तो पहला बिनेकार दा नाम आवेगा, मतलब कि विधवा औरत दा नाम आवेगा जिन्हें यह एप्लीकेशन देनी आ। इधरले बन्ने उहदी फोटो लगेगी। फिर इत्थे बिनेकार दा पता, इत्थे तुसी अपना पूरा पता भर देना वा, पिंड, डाकखाना, तहसील जिला। फिर इत्थे बिनेकार दा लाभपात्री नाल रिश्ता, इत्थे तुसी सेल्फ लिख देना वा जां खुद लिख देना वा। फिर अगे आ जाओ लाभपात्र दा व्यक्तिगत डाटा, इस दे विच तुसी अपना नाम भरना वा, लिंग दे विच तुसी फीमेल सिलेक्ट कर लेना वा। फिर जन्म मिति भर देनी आ जिहड़ी तुहाडे आधार कार्ड ते होवेगी उह इत्थे भर देनी आ। फिर जे जन्म तरीक नहीं हैगी तां इत्थे तुहाडी उमर आवेगी। फिर जन्म स्थान भरना वा ਇੱਥੇ ਵੀ ਤੁਸੀਂ ਜੰਮੇ ਜੇ। ਜੇ ਤੁਸੀਂ ਔਰਤ ਜੇ ਤਾਂ ਤੁਹਾਡਾ ਪਿੰਡ ਵਿੱਚ ਜਨਮ ਹੋਇਆ ਵਾ ਤਾਂ ਤੁਸੀਂ ਆਪਣੇ ਪੇਕੇ ਪਿੰਡ ਦਾ ਨਾਂ ਲਿਖਣਾ ਵਾ। ਫਿਰ ਤੁਸੀਂ ਆਪਣੇ ਪਿਤਾ ਦਾ ਨਾਂ ਲਿਖਣਾ ਵਾ। ਫਿਰ ਤੁਹਾਡੀ ਮਾਤਾ ਦਾ ਨਾਮ ਆਵੇਗਾ। ਫਿਰ ਇੱਥੇ ਪਤਾ, ਪਤੇ ਦੇ ਵਿੱਚ ਤੁਸੀਂ ਪਿੰਡ, ਡਾਕਖਾਨਾ, ਤਹਿਸੀਲ ਤੇ ਜ਼ਿਲ੍ਹਾ ਭਰ ਦੇਣਾ ਵਾ। ਫਿਰ ਇੱਥੇ ਪਿੰਨ ਕੋਡ ਆ ਜਾਏਗਾ। ਫਿਰ ਇੱਥੇ ਜ਼ਿਲ੍ਹਾ ਆਵੇਗਾ। ਫਿਰ ਵਿਆਹ ਸੰਬੰਧੀ ਦੱਸਣਾ ਵਾ ਵੀ ਤੁਸੀਂ ਕੀ ਜੇ, ਤੁਸੀਂ ਇੱਥੇ ਵਿਧਵਾ ਲਿਖ ਦੇਣਾ ਵਾ। ਫਿਰ ਇੱਥੇ ਤੁਹਾਡਾ ਫੋਨ ਨੰਬਰ ਆਵੇਗਾ। ਫਿਰ ਇੱਥੇ ਜੇ ਵੋਟਰ ਆਈਡੀ ਕਾਰਡ ਨੰਬਰ ਹੈਗਾ ਵਾ ਤਾਂ ਇੱਥੇ ਦੇ ਦਿਓ। ਫਿਰ ਇੱਥੇ ਆਧਾਰ ਕਾਰਡ ਨੰਬਰ ਆਵੇਗਾ। ਜੇ ਆਧਾਰ ਕਾਰਡ ਨਹੀਂ ਹੈਗਾ, ਤੁਸੀਂ ਨਵਾਂ ਅਪਲਾਈ ਕੀਤਾ ਵਾ, ਤਾਂ ਇੱਥੇ ਇਨਰੋਲਮੈਂਟ ਨੰਬਰ ਆਵੇਗਾ ਉਸ ਸਲਿੱਪ ਦਾ। ਅੱਗੇ ਆ ਦੇਖੋ ਲਿਖਿਆ ਵਾ BPL ਕਾਰਡ ਹੋਲਡਰ, ਜੇ ਤਾਂ ਇੱਥੇ ਤੁਹਾਡਾ ਕਾਰਡ ਨੰਬਰ ਆਵੇਗਾ। ਜੇ ਨਹੀਂ ਹੈਗਾ ਤਾਂ ਇਹਨੂੰ ਛੱਡ ਸਕਦੇ ਜੇ। ਫਿਰ ਮੋਬਾਈਲ ਨੰਬਰ ਇੱਥੇ ਦੇਣਾ ਵਾ ਜਿਹੜਾ ਚੱਲਦਾ ਹੋਵੇ। ਫਿਰ ਇੱਥੇ ਅਰਜ਼ੀ ਦਾ ਵੇਰਵਾ ਆ ਗਿਆ ਵਾ। ਅਰਜ਼ੀ ਦੇ ਵੇਰਵੇ ਦੇ ਵਿੱਚ ਅਦਾਇਗੀ ਦਾ ਤਰੀਕਾ ਪੁੱਛਿਆ ਗਿਆ ਵਾ। ਇੱਥੇ ਤੁਸੀਂ ਸੇਵਾ ਕੇਂਦਰ ਤੇ ਸਹੀ ਮਾਰ ਦੇਣੀ ਆ। ਫਿਰ ਅਰਜ਼ੀ ਕਾਰਵਾਈ ਦਫ਼ਤਰ, ਇਹ ਜਿੱਥੇ ਵੀ ਤੁਹਾਡੀਆਂ ਕਚਹਿਰੀਆਂ ਨੇ ਜਾਂ ਤਹਿਸੀਲ ਆ ਉੱਥੇ ਹੀ ਇਹ ਉੱਥੋਂ ਦਾ ਇਹ ਨਾਂ ਆਵੇਗਾ। ਜਿਵੇਂ ਸਾਡਾ ਬਟਾਲੇ ਸਾਰਾ ਕੰਮ ਹੁੰਦਾ ਵਾ, ਅਸੀਂ ਇੱਥੇ ਬਟਾਲਾ ਲਿਖ ਦਾਂਗੇ। ਫਿਰ ਇੱਥੇ ਬਿਨੇਕਾਰ ਦਾ ਨਾਂ, ਤੁਹਾਡਾ ਨਾਮ ਆਵੇਗਾ। ਫਿਰ ਤੁਹਾਡਾ ਪਤਾ ਆਵੇਗਾ, ਪਿੰਡ, ਡਾਕਖਾਨਾ, ਤਹਿਸੀਲ ਤੇ ਜ਼ਿਲ੍ਹਾ ਭਰ ਦੇਣਾ ਵਾ। ਫਿਰ ਇੱਥੇ ਰਿਹਾਇਸ਼ੀ ਏਰੀਆ ਪੁੱਛਿਆ ਗਿਆ ਵਾ। ਜੇ ਤੁਸੀਂ ਸ਼ਹਿਰੀ ਖੇਤਰ ਨਾਲ ਸੰਬੰਧਿਤ ਜੇ ਤਾਂ ਅਰਬਨ ਤੇ ਟਿੱਕ ਮਾਰ ਦੇਣੀ ਆ। ਜੇ ਤੁਸੀਂ ਪਿੰਡ ਦੇ ਜੇ ਤੇ ਰੂਲਰ ਤੇ ਸਹੀ ਮਾਰ ਦੇਣੀ ਆ। ਫਿਰ ਸਕੀਮ ਦਾ ਨਾਮ, ਸਕੀਮ ਦੇ ਨਾਮ ਦੇ ਵਿੱਚ ਉਹ ਸਾਰਿਆਂ ਤੋਂ ਉੱਤੇ ਆ ਰਿਹਾ ਜਿਹੜਾ ਡੱਬਾ ਵਿਧਵਾ ਤੇ ਨਿਆਸ਼ਰਿਤ ਔਰਤਾਂ ਨੂੰ ਵਿੱਤੀ ਸਹਾਇਤਾ, ਇਹਦੇ ਉੱਤੇ ਸਹੀ ਮਾਰ ਦੇਣੀ ਆ। ਫਿਰ ਬਿਨੇਕਾਰ ਦੀ ਉਮਰ, ਇੱਥੇ ਤੁਸੀਂ ਆਪਣੀ ਉਮਰ ਲਿਖ ਦੇਣੀ ਆ ਜਿੰਨੀ ਵੀ ਤੁਹਾਡੀ ਹੈਗੀ ਆ। ਫਿਰ ਇੱਥੇ ਤੁਹਾਡੇ ਪਤੀ ਦਾ ਨਾਮ ਆਵੇਗਾ। ਫਿਰ ਇੱਥੇ ਪੂਰਾ ਪਤਾ, ਫਿਰ ਪਿੰਡ, ਡਾਕਖਾਨਾ, ਤਹਿਸੀਲ ਤੇ ਜ਼ਿਲ੍ਹਾ ਭਰਨਾ ਵਾ। ਇੱਥੇ ਸਮਾਜਿਕ ਕੈਟਾਗਰੀ ਦੇ ਵਿੱਚ ਤੁਸੀਂ ਆਪਣੀ ਕੈਟਾਗਰੀ ਦੱਸਣੀ ਆ ਵੀ ਤੁਸੀਂ ਜੱਟ ਸਿੱਖ ਜੇ ਤੇ ਜੱਟ ਸਿੱਖ ਲਿਖ ਕੇ ਜਰਨਲ ਲਿਖ ਦੇਣਾ ਵਾ। ਜੇ ਤੁਸੀਂ ਮਜ਼੍ਹਬੀ ਸਿੱਖ ਜੇ ਮਜ਼੍ਹਬੀ ਸਿੱਖ ਲਿਖ ਕੇ ਅਨੁਸੂਚਿਤ ਜਾਤੀ ਲਿਖ ਦੇਣਾ ਵਾ। ਜਿਹੜੀ ਵੀ ਤੁਹਾਡੀ ਜਾਤੀ ਹੈਗੀ ਆ ਉਹ ਇੱਥੇ ਲਿਖ ਦੇਣੀ ਆ। ਫਿਰ ਇੱਥੇ ਮੋਬਾਈਲ ਨੰਬਰ ਦੇ ਦੇਣਾ ਵਾ। ਫਿਰ ਇੱਥੇ ਦੱਸਣਾ ਵਾ ਕਿ ਤੁਹਾਡੀ ਸਾਰਿਆਂ ਵਸੀਲਿਆਂ ਤੋਂ ਸਾਲਾਨਾ ਆਮਦਨ ਕਿੰਨੀ ਆ, 60,000 ਤੋਂ ਵੱਧ ਵਾ ਜਾਂ 60,000 ਤੋਂ ਘੱਟ ਵਾ, ਇਹ ਦੱਸ ਦੇਣੀ ਆ। ਫਿਰ ਇੱਥੇ ਬੈਂਕ ਦਾ ਵੇਰਵਾ ਆ ਗਿਆ। ਬੈਂਕ ਦੇ ਵੇਰਵੇ ਵਿੱਚ ਤੁਸੀਂ ਬੈਂਕ ਦਾ ਨਾਂ ਲਿਖਣਾ ਵਾ, ਬ੍ਰਾਂਚ ਲਿਖਣੀ ਆ, ਖਾਤਾ ਨੰਬਰ ਲਿਖਣਾ ਵਾ ਤੇ IFC ਕੋਡ ਲਿਖਣਾ ਵਾ। ਇਹ ਸਾਰੀ ਡਿਟੇਲ ਤੁਹਾਨੂੰ ਤੁਹਾਡੀ ਬੈਂਕ ਦੀ ਕਾਪੀ ਤੋਂ ਮਿਲ ਜਾਵੇਗੀ। ਫਿਰ ਇੱਥੇ ਤੁਹਾਡੇ ਸਾਈਨ ਹੋਣਗੇ ਜਾਂ ਅੰਗੂਠਾ ਲੱਗੇਗਾ ਜੇ ਤੁਸੀਂ ਪੜ੍ਹੇ ਲਿਖੇ ਨਹੀਂ ਜੇ। ਫਿਰ ਆ ਸਵੈ ਘੋਸ਼ਣਾ ਪੱਤਰ ਆ ਗਿਆ ਵਾ, ਇਸਦੇ ਉੱਤੇ ਫੋਟੋ ਲੱਗੇਗੀ ਤੁਹਾਡੀ ਤੇ ਇੱਥੇ ਤੁਹਾਡਾ ਨਾਮ ਆਵੇਗਾ ਤੇ ਵਾਈਫ ਆਫ ਤੁਹਾਡੇ ਪਤੀ ਦਾ ਨਾਮ ਆਵੇਗਾ ਤੇ ਇੱਥੇ ਤੁਹਾਡੇ ਸਾਈਨ ਹੋਣਗੇ ਜਾਂ ਅੰਗੂਠਾ ਲੱਗੇਗਾ। ਫਿਰ ਅਗਲਾ ਫਾਰਮ ਫੀਡਬੈਕ ਆ ਗਿਆ ਵਾ, ਇਹਨੂੰ ਤੁਸੀਂ ਛੱਡ ਦਿਓ। ਦੋਸਤੋ ਹੁਣ
ਇਹਦੇ ਵਿੱਚ ਦਸਤਾਵੇਜ਼ ਦੀ ਗੱਲ ਕਰ ਲੈਂਦੇ ਹਾਂ। ਦਸਤਾਵੇਜ਼ ਦੇ ਵਿੱਚ ਤੁਹਾਡਾ ਆਧਾਰ ਕਾਰਡ ਲੱਗੇਗਾ, ਬੈਂਕ ਦੀ ਕਾਪੀ ਲੱਗੇਗੀ, ਇੱਕ ਤੁਹਾਡੇ ਪਤੀ ਦਾ ਡੈਥ ਸਰਟੀਫਿਕੇਟ ਲੱਗੇਗਾ। ਸੋ ਇੰਨੇ ਦਸਤਾਵੇਜ਼ ਲੱਗਣੇ ਆ। ਜਦੋਂ ਤੁਸੀਂ ਸਾਰੀ ਫਾਈਲ ਨੂੰ ਤਿਆਰ ਕਰ ਲੋਗੇ ਤਾਂ ਇਸ ਨੂੰ ਤੁਸੀਂ ਆਪਣੇ ਨਜ਼ਦੀਕੀ ਦੇ ਸੇਵਾ ਕੇਂਦਰ ਦੇ ਵਿੱਚ ਜਮ੍ਹਾਂ ਕਰਾ ਦੇਣਾ ਵਾ। ਸੇਵਾ ਕੇਂਦਰ ਵਾਲੇ 10 ਜਾਂ 15 ਦਿਨ ਦੇ ਵਿੱਚ ਤੁਹਾਡੀ ਇਹ ਅਰਜ਼ੀ ਮਨਜ਼ੂਰ ਕਰ ਲੈਣਗੇ। ਤੁਸੀਂ ਉੱਥੋਂ ਜਾ ਕੇ ਪਤਾ ਕਰ ਸਕਦੇ ਜੇ ਕਿ ਸਾਡੀ ਅਰਜ਼ੀ ਮਨਜ਼ੂਰ ਹੋ ਗਈ ਆ ਕਿ ਨਹੀਂ ਹੋ ਗਈ। ਜੇ ਮਨਜ਼ੂਰ ਹੋ ਗਈ ਆ ਤਾਂ ਤੁਹਾਨੂੰ ਪੈਨਸ਼ਨ ਜਿਹੜੀ ਆ ਉਹ ਤੁਹਾਡੇ ਬੈਂਕ ਦੇ ਖਾਤੇ ਦੇ ਵਿੱਚ ਆਉਣ ਲੱਗ ਪੇਗੀ, ਤੇ ਜੇ ਨਹੀਂ ਮਨਜ਼ੂਰ ਹੋਈ ਤੇ ਉਹਦਾ ਕਾਰਨ ਪੁੱਛ ਕੇ ਤੁਸੀਂ ਉਸ ਨੂੰ ਸਹੀ ਕਰਾ ਲੈਣਾ ਵਾ। ਸੋ ਦੋਸਤੋ, ਇਸ ਤਰ੍ਹਾਂ ਤੁਸੀਂ ਪੰਜਾਬ ਦੇ ਵਿੱਚ ਵਿਧਵਾ ਪੈਨਸ਼ਨ ਲਵਾ ਸਕਦੇ ਜੇ। ਮੈਂ ਆਸ ਕਰਦਾ ਵਾਂ ਕਿ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਵੇਗਾ। ਜੇ ਫਿਰ ਵੀ ਸਮਝ ਨਹੀਂ ਆਇਆ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਜੇ, ਤੇ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਤੁਹਾਡੇ ਲਾਈਕ ਨਾਲ ਸਾਡਾ ਹੌਸਲਾ ਵੱਧਦਾ ਰਹਿੰਦਾ ਵਾ, ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਹੋਰਨਾਂ ਨੂੰ ਵੀ ਇਹ ਜਾਣਕਾਰੀ ਪਤਾ ਲੱਗ ਸਕੇ। ਧੰਨਵਾਦ।